ਗੱਲ ਆਪਾਂ ਤੋਰਦੇ ਹਾਂ ਅਨੰਦਪੁਰ ਦੇ ਘੇਰੇ ਤੋਂ, ਜਿਹੜੀ ਗੱਲ ਅਸੀਂ ਵਾਰ ਵਾਰ ਸਟੇਜਾਂ ਤੇ ਕਹਿੰਦੇ ਅਨੰਦਪੁਰ ਨੂੰ ਘੇਰਾ ਪੈ ਗਿਆ, ਅਨੰਦਪੁਰ ਨੂੰ ਘੇਰਾ ਪੈ ਗਿਆ, ਸਰਸਾ ਦੇ ਕੰਢੇ ਤੇ ਆ ਕੇ ਪਰਿਵਾਰ ਵਿਛੜਿਆ। ਪਰ ਇੱਕ ਗੱਲ ਆਪਾਂ ਉਹਦੇ 'ਚ ਛੱਡ ਜਾਂਦੇ ਹਾਂ ਕਿ ਮਹਾਰਾਜ ਨੂੰ ਅਨੰਦਪੁਰ ਦੇ ਘੇਰਾ ਪਿਆ ਕਿਉਂ, ਕਾਰਨ ਵੀ ਤੇ ਹੋਣਾ ਚਾਹੀਦਾ ਨਾ। ਮਗਰ ਐਵੇਂ ਦੇ ਕੋਈ ਕਿਸੇ ਦੇ ਘਰ ਨੂੰ ਘੇਰਾ ਪਾਉਂਦਾ ਨਹੀਂ ਜਾ ਕੇ। ਫਿਰ ਘੇਰਾ ਪਾਇਆ ਸੈਂਟਰ ਗੌਰਮੈਂਟ ਨੇ ਲਿਆ, ਦਿੱਲੀ ਦਰਬਾਰ ਘੇਰਾ ਪਾਉਂਦਾ, ਸਰਹੰਦ ਦਾ ਦਰਬਾਰ ਘੇਰਾ ਪਾਉਂਦਾ, ਲਾਹੌਰ ਦਰਬਾਰ ਘੇਰਾ ਪਾਉਂਦਾ, ਕੁੱਲ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਕੇ ਬੈਠੇ, ਘੇਰਾ ਪਿਆ ਕੇ। ਫਿਰ ਗੱਲ ਘਰ ਛੱਡਣ ਤੱਕ ਚਲੀ ਗਈ। ਜੇ ਅਸੀਂ ਘੇਰਾ ਕਹਿ ਕੇ ਤੇ ਗੱਲ ਨਿਬੇੜ ਦਈਏ, ਉਹ ਗੱਲ 'ਚ ਅਸਰ ਨਹੀਂ ਹੈਗਾ। ਅਕਸਰ ਘੇਰੇ ਦਾ ਕਾਰਨ ਸਾਨੂੰ ਪਤਾ ਹੋਣਾ ਚਾਹੀਦਾ ਕਿ ਮਹਾਰਾਜ ਦੀ ਸਰਕਾਰ ਨਾਲ ਕੋਈ ਲਾਗਡਾਟ ਸੀ, ਕੋਈ ਵੱਟ ਬੰਨੇ ਦੀ ਲੜਾਈ ਸੀ, ਕੋਈ ਰੌਲਾ ਸੀ, ਕੋਈ ਝਗੜਾ ਸੀ, ਕੋਈ ਕਾਰਨ ਤਾਂ ਹੈਗਾ ਨਾ ਵੀ ਅਗਲੇ ਬੰਨੇ ਆ ਕੇ ਨਾ ਘੇਰਾ ਹੀ ਪਾ ਲਿਆ ਮਹਾਰਾਜ ਨੇ। ਬਸ ਇੱਥੋਂ ਹੀ ਪ੍ਰਸੰਗ ਦੀ ਸਮਝ ਲੱਗ ਜਾਂਦੀ ਆ, ਬਾਕੀ ਸਾਰਾ ਕੁਝ ਸਾਡੇ ਕੋਲ ਹੈਗਾ ਹੈ। ਉਹ ਘੇਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਸੀ ਅਸੀਂ। ਤੁਸੀਂ ਆਖੋਗੇ ਕਿੱਦਾਂ, ਅਸੀਂ ਭਾਰਤ ਵਰਸ਼ ਦੇ ਉਹ ਲੋਕ ਹਾਂ ਜਿਨ੍ਹਾਂ ਲੋਕਾਂ ਨੇ ਸਦੀਆਂ ਦੀ ਗੁਲਾਮੀ ਆਪਣੇ ਹੱਡਾਂ ਦੇ ਵਿੱਚ ਹੰਡਾਈ, ਚਾਹੇ ਉਹ ਜੱਟ ਆ, ਚਾਹੇ ਉਹ ਸ਼ਿੰਬਾ ਹੈ, ਚਾਹੇ ਉਹ ਨਾਈ ਆ, ਚਾਹੇ ਉਹ ਚਿਊਰ ਆ, ਚਾਹੇ ਉਹ ਮਜ਼ਹਬੀ ਰੰਗਰੇਟਾ ਹੈ, ਜਿਹਨਾਂ ਨੂੰ ਤੁਸੀਂ ਸ਼ਡਿਊਲ ਕਾਸਟ ਕਹਿ ਦਿੰਦੇ, ਨੀਵੇਂ ਪੱਧਰ ਦੀ ਜ਼ਿੰਦਗੀ ਜਿਉਣ ਵਾਲੇ ਲੋਕ, ਜਿਹਨਾਂ ਨੂੰ ਮਨੂ ਸਿਮਰਤੀ ਦੇ ਅਨੁਸਾਰ ਸ਼ੂਦਰ ਕਿਹਾ ਜਾਂਦਾ ਸੀ, ਬਸ ਉਹਨਾਂ ਦੀ ਜ਼ਿੰਦਗੀ ਬਦਲਣੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਵੱਡੀ ਧਿਰ ਨੂੰ ਇਹ ਗੱਲ ਪਚੀ ਨਹੀਂ। ਬਸ ਇਹ ਤੁਸੀਂ ਦੁਨੀਆਦਾਰੀ 'ਚ ਵਿਚਰ ਕੇ ਵੀ ਵੇਖ ਲਿਓ, ਜਿਹੜੀ ਧਿਰ ਤਗੜੀ ਹੁੰਦੀ ਨਾ ਪਿੰਡ ਦੇ ਵਿੱਚ ਗਲੀ ਮਹੱਲੇ 'ਚ, ਜਿਹਨਾਂ ਕੋਲ ਚਾਰ ਛਿੱਲੜ ਦਿੱਤੇ ਹੁੰਦੇ ਆ, ਅਤੇ ਉਹਨਾਂ ਦੇ ਸਾਹਮਣੇ ਘਰ ਵਾਲਾ ਜਿਹੜਾ ਬਹੁਤ ਅਮੀਰ ਨਾ ਹੋਵੇ, ਗਰੀਬੀ ਦੀ ਜਹਾਲਤ 'ਚੋਂ ਲੰਘਿਆ ਹੋਵੇ, ਅਤੇ ਹੌਲੀ ਹੌਲੀ ਉਹਨਾਂ ਦੇ ਨਿਆਣੇ ਸੈੱਟ ਹੋ ਜਾਣ, ਬਾਹਰ ਅੰਦਰ ਚਲੇ ਜਾਣ, ਨੌਕਰੀਆਂ ਕਰਨ ਲੱਗ ਪੈਣ, ਅਤੇ ਵੱਡੀ ਧਿਰ ਨੂੰ ਸਾੜਾ ਜ਼ਰੂਰ ਹੁੰਦਾ ਹੁੰਦਾ ਵੀ ਅੱਗੇ ਤਾਂ ਸਾਡੀ ਗੱਡੀ ਇਕੱਲਿਆਂ ਦੀ ਲੰਘਦੀ ਗਲੀ 'ਚੋਂ, ਹੁਣ ਇਹਨਾਂ ਦੀ ਵੀ ਲੰਘਿਆ ਕਰੂਗੀ ਨਾਲ। ਅੱਗੇ ਦੇ ਲੋਕ ਸਾਡੀ ਕੋਠੀ ਵੇਖ ਕੇ ਕਹਿੰਦੇ ਹੁੰਦੇ ਸਰਦਾਰਾਂ ਦੀ ਕੋਠੀ ਆ, ਹੁਣ ਬਰਾਬਰ ਦੀ ਇਹ ਵੀ ਸਾਡੇ ਪਾਊਗਾ। ਤਗੜੀ ਧਿਰ ਹਮੇਸ਼ਾ ਮਾੜੇ ਨੂੰ ਡਾਂਗ ਦੇ ਜ਼ੋਰ ਨਾਲ ਦੱਬ ਕੇ ਰੱਖਣਾ ਚਾਹੁੰਦੀ ਆ। ਬਸ ਆਹ ਲੜਾਈ ਹੋਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾੜਿਆਂ ਨੂੰ, ਨੀਵਿਆਂ ਨੂੰ, ਨਿਕੰਮੇ ਕਹੇ ਜਾਣ ਵਾਲੇ ਲੋਕਾਂ ਦੀ ਜ਼ਿੰਦਗੀ ਬਦਲਣ ਦਾ ਫੈਸਲਾ ਕੀਤਾ, ਤੇ ਤਗੜੀ ਧਿਰ ਨੇ ਮਹਾਰਾਜ ਨੂੰ ਆਖਿਆ ਨਹੀਂ ਮਹਾਰਾਜ ਫਿਰ ਲੜਾਂਗੇ ਤੁਹਾਡੇ ਨਾਲ। ਇੱਕੋ ਰਾਹ ਵਾ, ਜਾਂ ਇਹਨਾਂ ਲੋਕਾਂ ਦੀ ਬਾਂਹ ਛੱਡ ਦਿਓ, ਇਹ ਜਿੱਦਾਂ ਦੀ ਜ਼ਿੰਦਗੀ ਜਿਉਂਦੇ ਜਿਉਂ ਦਿਓ, ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ, ਅਸੀਂ ਇਹਨਾਂ ਲੋਕਾਂ ਉੱਤੇ ਰਾਜ ਕਰਨਾ ਹੈ, ਇਹ ਜਿੱਦਾਂ ਦੀ ਜ਼ਿੰਦਗੀ ਜਿਉਂਦੇ ਨੇ ਜਿਉਣ ਦਿਓ, ਤੇ ਜੇ ਇਹਨਾਂ ਲੋਕਾਂ ਦੇ ਨਾਲ ਖਲੋਣਾ ਹੈ ਫਿਰ ਨਤੀਜੇ ਮਾੜੇ ਹੋਣੇ। ਹੁਣ ਆਹ ਜਿਹੜੇ ਨਤੀਜੇ ਆ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਪਰਿਵਾਰ ਦਾ ਖੇਰੂ ਖੇਰੂ ਹੋਣਾ, ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲ ਥੋੜਾ ਸੀ। ਮਹਾਰਾਜ ਨੂੰ ਪਤਾ ਸੀ ਕਿ ਜਦੋਂ ਮਾੜਿਆਂ ਦੀ ਬਾਂਹ ਫੜਨ ਵਾਸਤੇ ਤੁਰੀਏ ਨਾ, ਫਿਰ ਆਹ ਕੁਝ ਝੱਲਣਾ ਪੈਂਦਾ ਵਾ। ਗੁਰੂ ਨੂੰ ਪਹਿਲਾਂ ਤਸਵੀਰ ਸਾਫ਼ ਹੋ ਚੁੱਕੀ ਸੀ ਇਸ ਗੱਲ, ਮਹਾਰਾਜ ਨੂੰ ਪਤਾ ਸੀ।